ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਖੇਡਾਂ ਦੇ ਹਰ ਪ੍ਰਕਾਰ ਦੇ ਪ੍ਰੋਗਰਾਮ ਪੂਰੀ ਦੁਨੀਆ ਦੇ ਵਿੱਚ ਪ੍ਰਸਾਰਿਤ ਕਰਨ ਵਾਸਤੇ HD ਕੁਆਲਿਟੀ ਦੇ ਨਾਲ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਆਵਾਜ਼ੇ ਕੌਮ TV। ਅੱਜ ਹੀ ਸੰਪਰਕ ਕਰੋ ਆਵਾਜ਼ੇ ਕੌਮ TV ਆਪਣੇ ਇਲਾਕੇ ਦੇ ਪਿੰਡਾਂ, ਸ਼ਹਿਰਾਂ ਅਤੇ ਨਗਰਾਂ ਦੇ ਵਿੱਚ ਨਿੱਜੀ
ਵਾਹਿਗੁਰੂ ਸਾਹਿਬ ਜੀ ਡਾਂਜੋਤ ਬੰਦਨਾ ਨਿਕਵਾਰ ਸਰਬਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਆਪਾਂ ਕੱਲ੍ਹ ਤੋਂ ਲੈ ਕੇ
ਬਚਿੱਤਰ ਨਾਟਕ ਦੀ ਲੜੀਵਾਰ ਕਥਾ ਪ੍ਰਾਰੰਭ ਕੀਤੀ ਹੈ। ਕੱਲ ਆਪ ਜੀ ਨੇ ਸਰਵਣ ਕੀਤਾ ਸੀ ਕਿ ਕਲਗੀਧਰ ਜੀ ਆਪਣੀ ਕਲਮ ਦੁਆਰਾ ਲਿਖਦੇ ਹਨ, ਬਾਕੀ ਸਾਰਿਆਂ ਦੀ ਕਥਾ ਕਹਿਣ ਤੋਂ ਬਾਅਦ ਕਿ ਹੁਣ ਅਸੀਂ ਆਪਣੀ ਕਥਾ ਵਿਖਿਆਨ ਕਰਦੇ ਹਾਂ। ਸਾਨੂੰ ਮਾਤ ਲੋਕ ਦੇ ਵਿੱਚ ਸਿਮਰਨ ਕਰਦਿਆਂ ਨੂੰ ਕਿਉਂ ਆਉਣਾ ਪਿਆ? ਸਾਡੀ ਸੁਰਤ ਜਿਹੜੀ ਪਰਮੇਸ਼ਰ ਦੇ ਚਰਨਾਂ 'ਚ ਜੁੜੀ ਹੋਈ ਸੀ, ਪਰ ਵਾਹਿਗੁਰੂ ਨੇ ਭੇਜਿਆ ਸੰਸਾਰ ਦੇ ਵਿੱਚ ਕਿਉਂ ਭੇਜਿਆ? ਮੈਂ ਆਪਣਾ ਸੁਖ ਤੋਹੇ ਨਵਾਜਾ, ਪੰਥ ਪ੍ਰਚੁਰ ਕਰਵੇ ਕੋ ਸਾਜਾ, ਜਾਏ ਤਹਾਂ ਤੇ ਧਰਮ ਚਲਾਏ, ਕੁਬਤ ਕਰਨ ਤੇ ਲੋਕ ਹਟਾਏ। ਕਿ ਰਾਜੇ ਜਿਹੜੇ ਹੁੰਦੇ ਹੈ, ਰਾਜੇ ਦਾ ਧਰਮ ਹੁੰਦਾ ਹੈਗਾ ਇਨਸਾਫ ਕਰਨਾ, ਪਰ ਉਤੋਂ ਦੇ ਰਾਜੇ ਉਦੋਂ ਪਰਜਾ ਖੋਟੇ ਕੰਮਾਂ ਦੇ ਵਿੱਚ ਸਰ ਸੰਗਤ ਪ੍ਰਵਿਰਤ ਹੋ ਚੁੱਕੀ ਸੀ। ਕਲਗੀਧਰ ਜੀ ਨੇ ਫਿਰ ਲਿਖਿਆ, ਅਕਾਲ ਪੁਰਖ ਵਾਜ ਇਸ ਕੀਟ ਪ੍ਰਤੀ। ਅਕਾਲ ਪੁਰਖ ਜੀ ਨੂੰ ਕਿਹਾ ਕਿਸੇ ਹੋਰ ਨੂੰ ਭੇਜ ਦਿਓ। ਅਕਾਲ ਪੁਰਖ ਜੀ ਨੇ ਫਿਰ ਕਿਹਾ ਸੀ ਕਿ ਜਦੋਂ ਅਸੀਂ ਸ੍ਰਿਸ਼ਟੀ ਦੀ ਰਚਨਾ ਕੀਤੀ, ਦੈਂਤਾਂ ਨੂੰ ਪੈਦਾ ਕੀਤਾ, ਉਹ ਆਪਣੀਆਂ ਭੁਜਾਂ ਦੇ ਮਾਣ ਵਿੱਚ ਕਮਲੇ ਹੋ ਗਏ, ਫਿਰ ਇੱਕ ਛਿਣ ਦੇ ਵਿੱਚ ਉਹਨਾਂ ਨੂੰ ਨਾਸ਼ ਕਰ ਦਿੱਤਾ। ਕਿਉਂਕਿ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬਚਨ ਆਉਂਦੇ ਹਨ, ਹਰਨ ਭਰਨ ਜਾਂ ਕਰ ਨੇਤਰ ਫੋਰ, ਵਾਹਿਗੁਰੂ ਨੂੰ ਨਾਸ਼ ਕਰਦੇ ਹਾਂ ਜਾਂ ਰਚਨਾ ਕਰਦੇ ਹਾਂ ਕੋਈ ਸਮਾਂ ਨਹੀਂ ਲੱਗਦਾ। ਸਤਸੰਗਤ ਜੀ ਫੇਰ ਉਹਨਾਂ ਦੀ ਜਗ੍ਹਾ ਤੇ ਦੇਵਤੇ ਥਾਪੇ। ਦੇਵਤੇ ਜਿਹੜੇ ਸੀ, ਮਹਾਦੇਵ ਅਚੁੱਤ ਕਹਿਵਾਇਓ, ਮਹਾਦੇਵ ਸ਼ਿਵਜੀ ਨੂੰ ਕਹਿੰਦੇ ਆ। ਉਹ ਆਪਣੇ ਆਪ ਨੂੰ ਅਚੁੱਤ ਤੋਂ ਭਾਵ ਅਡਿੱਗ ਲੱਗ ਗਿਆ ਖਵਾਉਣ ਕਿ ਮੈਂ ਅਡਿੱਗ ਹਾਂ। ਕਲਗੀਧਰ ਜੀ ਨੇ 24 ਸਾਹਿਬ ਦੇ ਵਿੱਚ ਵੀ ਜ਼ਿਕਰ ਕੀਤਾ ਹੈ, ਮਹਾਂਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚਿੰਤ ਨਹੀਂ ਭਿਵ। ਉਹ ਮੂਰਖ ਹਨ ਜਿਹੜੇ ਸ਼ਿਵ ਜੀ ਨੂੰ ਸਦਾ ਸ਼ਿਵ ਕਹਿੰਦੇ ਹਨ, ਸਿਵ ਤੋਂ ਭਾਵ ਕਲਿਆਣ ਸਰੂਪ ਕਹਿੰਦੇ ਹੈ। ਕਿਉਂਕਿ ਜਦੋਂ ਮਹਾਂਪਰਲੋ ਹੁੰਦੀ ਹੈ, ਤੁਸੀਂ ਕੱਲ੍ਹ ਸੁਣਿਆ ਸੀ ਕਿ ਚਾਰ ਪਰਲੋਂ ਦਾ ਗ੍ਰੰਥਾਂ 'ਚ ਜ਼ਿਕਰ ਆਉਂਦਾ, ਨਿੱਤ ਪਰਲੋਂ, ਨਿਮਿੱਤ ਪਰਲੋਂ, ਅਵੰਤਰ ਪਰਲੋਂ ਅਤੇ ਮਹਾਂਪਰਲੋਂ। ਜਦੋਂ ਮਹਾਂਪਰਲੋ ਆਉਂਦੀ ਹੈ, ਉਦੋਂ ਇਹ ਜਿਹੜੇ ਤਿੰਨੇ ਦੇਵਤੇ ਨੇ ਇਹਨਾਂ ਦੀਆਂ ਪੂਰੀਆਂ ਵੀ ਨਾਸ਼ ਹੋ ਜਾਂਦੀਆਂ ਨੇ। ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਸਦੀਵ ਕਾਲ ਰਹਿਣ ਵਾਲਾ ਹੈ। ਇਸ ਕਰਕੇ ਮਹਾਂਦੇਵ ਨੂੰ ਅਚੁੱਤ ਕਹਿਣਾ, ਅਡਿੱਗ ਕਹਿਣਾ, ਉਹ ਆਪਣੇ ਆਪ ਨੂੰ ਅਡਿੱਗ ਲੱਗ ਗਿਆ ਸੀ ਅਖਵਾਉਣ। ਵਿਸ਼ਨੂੰ ਕਹਿੰਦਾ ਮੈਂ ਹੀ ਹਾਂ, ਬ੍ਰਹਮਾ ਕਹਿੰਦਾ ਮੈਂ ਪਾਰ ਬ੍ਰਹਮ ਹਾਂ, ਪ੍ਰਭ
ਕਰਕੇ ਫਿਰ ਅੱਗੇ ਕਲਗੀਧਰ ਜੀ ਲਿਖਦੇ ਹਨ ਕਿ ਅਕਾਲ ਪੁਰਖ ਜੀ ਨੇ ਸਾਨੂੰ ਕਿਹਾ ਕਿ ਦੇਵਤਿਆਂ ਤੋਂ ਬਾਅਦ ਅਸੀਂ ਕੌਣ ਪੈਦਾ ਕੀਤੇ। ਉਹ ਅੱਗੇ ਅੱਜ ਆਪਾਂ ਨੇ ਵਿਚਾਰ ਕਰਨੀ ਹੈ, ਦੇਵਤਿਆਂ ਤੋਂ ਬਾਅਦ ਕਿਹਨਾਂ ਨੂੰ ਪੈਦਾ ਕੀਤਾ। ਉਹ ਸਰਵਣ ਕਰੀਏ ਤਪ ਸਾਖੀ ਪ੍ਰਭ ਅਸ਼ਟ ਬਣਾਏ। ਸਾਖੀ ਦਾ ਅਰਥ ਹੁੰਦਾ ਗਵਾਹੀ ਦੇਣ ਵਾਲੇ। ਫਿਰ ਅੱਠ ਸਾਖੀ ਪੈਦਾ ਕੀਤੇ, ਫਾਰ ਐਗਜ਼ਾਮਪਲ ਜਿਵੇਂ ਚੰਦਰਮਾ ਹੋ ਗਿਆ, ਸੂਰਜ ਹੋ ਗਿਆ, ਧਰਤੀ ਹੋ ਗਈ, ਹਵਾ ਹੋ ਗਈ, ਅੱਗ ਹੋ ਗਈ। ਇਸ ਤਰ੍ਹਾਂ ਦੇ ਅੱਠ ਸਾਖੀ ਜਿਹੜੇ ਸੀ ਨਾ ਅਕਾਲ ਪੁਰਖ ਨੇ ਪ੍ਰਗਟ ਕੀਤੇ ਹਨ। ਸਾਖ ਨਮਿੱਤ ਦੱਬੇ ਠਹਿਰਾਏ। ਇਹ ਸਾਖ ਨਮਿੱਤ ਦੇਵੇ ਠਹਿਰਾਏ ਪਾਠ ਹੈ। ਦੇਵੇ ਇੱਥੇ ਸਤਸੰਗਤ ਕੰਨਾਂ ਨਹੀਂ ਉੱਪਰ ਲਾਵਾਂ ਨਹੀਂ ਲੱਗਿਆ, ਦੇਵੇ ਠਹਿਰਾਏ। ਸਾਖ ਦਾ ਅਰਥ ਹੁੰਦਾ ਗਵਾਹੀ ਦੇਣ ਵਾਸਤੇ ਉਹਨਾਂ ਨੂੰ ਪੈਦਾ ਕੀਤਾ। ਤੇ ਕਹੇ ਕਰੋ ਹਮਾਰੀ ਪੂਜਾ। ਜਿਹੜੇ ਅੱਠ ਸਾਖੀ ਪੈਦਾ ਕੀਤੇ ਸੀ ਨਾ ਉਹ ਕਹਿੰਦੇ ਹੁਣ ਸਾਡੀ ਪੂਜਾ ਕਰੋ, ਉਹ ਵੀ ਆਪਣੀ ਪੂਜਾ ਲਾਗੇ ਕਰਵਾਉਣ। ਹਮ ਬਿਨਾ ਅਗਰ ਨਾ ਠਾਕੁਰ ਦੂਜਾ। ਹੁਣ ਕਹਿੰਦੇ ਸਾਡੇ ਤੋਂ ਬਿਨਾ ਹੋਰ ਦੂਜਾ ਠਾਕੁਰ ਕੋਈ ਪਰਮੇਸ਼ਰ ਹੈ ਨਹੀਂ। ਵਾਹਿਗੁਰੂ ਪਰਮੇਸ਼ਰ ਦੇ ਬੇਅੰਤ ਨਾਮ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬਚਨ ਆਉਂਦੇ ਹਨ, ਸੰਤ ਸਨੰਦ ਮਹੇਸ਼ ਸਮਾਨਾ ਸੇਖ ਨਾਥ ਤੇਰੋ ਮਰਮਨਾ ਜਾਣਾ। ਸੰਤ ਸਨੰਦਨ ਸਨਾਤਨ ਤੇ ਸੰਤ ਕੁਮਾਰ, ਮਹੇਸ਼ ਨਾਮ ਹੈ ਸ਼ਿਵ ਜੀ ਦਾ, ਸਮਾਨਾ ਦਾ ਅਰਥ ਹੈ ਇੱਕ ਦਾ ਅਰਥ ਹੈਗਾ ਵਰਗੇ, ਦੂਜਾ ਅਰਥ ਹੈ ਸਮਾ ਰਹੇ ਹਨ। ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ ਚਾਰੇ ਬ੍ਰਹਮਾ ਦੇ ਪੁੱਤਰ ਤੇ ਸ਼ਿਵਜੀ ਵਰਗੇ ਤੇਰਾ ਜਸ ਕਰਨ ਰੂਪ ਦੇ ਵਿੱਚ ਸਮਾ ਰਹੇ ਹਨ। ਸੇਖ ਨਾਗ ਤੇਰੋ ਮਰਮ ਨਾ ਜਾਣਾ। ਸੇਖ ਨਾਗ ਕਈ ਜਗ੍ਹਾ ਸ਼ੇਸ਼ ਨਾਗ ਪਾਠ ਵੀ ਆਉਂਦਾ, ਸੱਪਾਂ ਦਾ ਰਾਜਾ ਹੈ ਮੰਨਿਆ। ਇਹਦੇ ਹਜ਼ਾਰਾਂ ਮੂੰਹ ਨੇ, ਰੋਜ਼ਾਨਾ ਹਜ਼ਾਰਾਂ ਹੀ ਪਰਮੇਸ਼ਰ ਦੇ ਨਾਮ ਨਵੇਂ ਲੈਂਦਾ। ਮਰਮ ਦਾ ਅਰਥ ਹੁੰਦਾ ਭੇਦ, ਪਰ ਹੇ ਪਰਮੇਸ਼ਰ ਸੱਪਾਂ ਦਾ ਰਾਜਾ ਜਿਹੜਾ ਸੇਖ ਨਾਗ ਹੈ ਹਜ਼ਾਰਾਂ ਤੇਰੇ ਨਾਮ ਨਿਤਾ ਪ੍ਰਤੀ ਨਵੇਂ ਲੈਂਦਾ ਹੈ, ਪਰ ਇਹ ਸ਼ੇਸ਼ ਨਾਗ ਵੀ ਤੇਰੇ ਮਰਮ ਭੇਦ ਨੂੰ ਨਹੀਂ ਜਾਣ ਸਕਿਆ। ਸੋ ਠਾਕੁਰ ਰਾਮ ਸ਼ਾਮ ਗੋਬਿੰਦ ਬੇਅੰਤ ਉਸਦੇ ਨਾਮ ਹਨ। ਠਾ ਨਾਮ ਠਹਿਰਾਉਣਾ, ਕਾ ਨਾਮ ਕਰਤਾ ਬ੍ਰਹਮਾ ਦਾ ਹੈ, ਰਾ ਨਾਮ ਰੁਦਰ। ਠਾਕੁਰ ਸ਼ਬਦ ਦੇ ਵਿੱਚ ਤਿੰਨੇ ਦੇਵਤੇ ਆ ਗਏ। ਵਿਸ਼ਨੂੰ ਜਿਹੜਾ ਭੰਡਾਰਾ ਲਾਉਂਦਾ, ਬ੍ਰਹਮਾ ਜਿਹੜਾ ਉਹਦੀ ਡਿਊਟੀ ਲੱਗੀ ਹੈ ਸੰਸਾਰ ਦੀ ਰਚਨਾ ਦੀ, ਰਾ ਨਾਮ ਰੁਦਰ। ਰੁਦਰ ਨੂੰ ਤਮਕ ਨੂੰ ਦਿੱਤਾ ਵਾਹਿਗੁਰੂ ਪਰਮੇਸ਼ਰ ਨੇ ਸ੍ਰਿਸ਼ਟੀ ਦੇ ਨਾਸ਼ ਕਰਨ ਵਾਸਤੇ। ਸੋ ਇਸ ਕਰਕੇ ਇੱਕ ਉਹ ਓਂਕਾਰ ਦਾ ਕੀ ਅਰਥ ਹੈ, ਇੱਕ ਆਦਵੈਤ ਬ੍ਰਹਮ ਸਾਰਿਆਂ ਦਾ ਪ੍ਰਕਾਸ਼ਕ। ਜਿਹੜੀ ਕੂੜੇ ਦੇ ਉੱਪਰ ਕਾਰ ਲੱਗੀ ਹੋਈ ਹੈ ਨਾ, ਇਹਦੇ ਵਿੱਚ ਵੀ ਇਹ ਤਿੰਨੇ ਆ ਗਏ ਨੇ, ਆਕਾਰ ਇਹ ਤਿੰਨੇ ਆ ਗਏ। ਇਹ ਤਿੰਨੇ ਅਕਾਲ ਪੁਰਖ ਨੇ ਪੈਦਾ ਕੀਤੇ ਨੇ, ਤਿੰਨੇ ਦੇਵਤੇ ਅਕਾਲ ਪੁਰਖ ਤੋਂ ਤਾਕਤ ਲੈ ਕੇ ਇਹ ਸਭ ਸੰਗਤ ਜੀ ਕੋਈ ਭੰਡਾਰਾ ਲਾ ਰਿਹਾ, ਕੋਈ ਵਰਲਡ ਕ੍ਰੀਏਸ਼ਨ ਸੰਸਾਰ ਦੀ ਰਚਨਾ ਕਰਦਾ, ਕੋਈ ਲੈ ਕਰਦਾ ਤਮੋ ਗੁਣ ਦੁਆਰਾ ਸ਼ਿਵ ਜੀ,
ਇਸ ਕਰਕੇ ਠਾਕੁਰ ਤਾਂ ਅਕਾਲ ਪੁਰਖ ਵਾਹਿਗੁਰੂ ਹੈ। ਹਮ ਬਿਨ ਆਵਰ ਨਾ ਠਾਕੁਰ ਦੂਜਾ, ਜਿਹੜੇ ਸਾਖੀ ਗਵਾਹੀ ਦੇਣ ਵਾਸਤੇ ਪੈਦਾ ਕੀਤੇ ਸੀ, ਉਹ ਵੀ ਆਪਣੀ ਪੂਜਾ 'ਚ ਲੱਗ ਗਏ। ਉਹ ਕਹਿੰਦੇ ਸਾਡੇ ਤੋਂ ਬਿਨਾਂ ਹੋਰ ਦੂਜਾ ਕੋਈ ਠਾਕੁਰ ਨਹੀਂ। ਪਰਮ ਤੱਤ ਕੋ ਜਿਨ ਨਾ ਪਛਾਣਾ, ਪਰਮ ਤੱਤ ਅਕਾਲ ਪੁਰਖ ਵਾਹਿਗੁਰੂ, ਉਸ ਵਾਹਿਗੁਰੂ ਨੂੰ ਜਿਹਨੇ ਨਹੀਂ ਪਛਾਣਿਆ। ਦਿਨ ਕਰ ਈਸ਼ਰ ਤਿੰਨ ਕਹਿ ਮਾਨਾ, ਤੇ ਕਈਆਂ ਨੇ ਫਿਰ ਸਾਧ ਸੰਗਤ ਉਹਨਾਂ ਨੂੰ ਈਸ਼ਰ ਕਹਿ ਕੇ ਮੰਨ ਲਿਆ। ਕੀਤੇ ਸੂਰ ਚੰਦ ਕਹਿ ਮਾਨੈ, ਕਈ ਦੇਖਿਆ ਨਾ ਕਈ ਸੂਰਜ ਦੀ ਪੂਜਾ ਚ ਲੱਗ ਗਏ, ਕਈ ਚੰਦਰਮਾ ਦੀ ਪੂਜਾ ਚ ਲੱਗ ਗਏ ਹਨ। ਅਗਨ ਹੋਤਰ ਕਈ ਪਵਨ ਪਰਮਾਨੈ, ਕਈ ਸਾਧ ਸੰਗਤ ਜੀ ਆਗਨੀ ਦੀ ਪੂਜਾ ਚ ਲੱਗ ਗਏ, ਕਈ ਹਵਾ ਦੀ ਪੂਜਾ ਚ ਲੱਗ ਗਏ, ਅਗਨ ਹੋਤਰ। ਸੋ ਇਸ ਕਰਕੇ ਉਹ ਅੱਠ ਸਾਖੀਆਂ ਨੂੰ ਕਈ ਮੰਨਣ ਲੱਗ ਗਏ ਰੱਬ। ਜਿਹੜਾ ਨਿਰੰਕਾਰ ਵਾਹਿਗੁਰੂ ਹੈ ਉਹਨੂੰ ਨਹੀਂ ਜਾਣਿਆ। ਨਿਰੰਕਾਰ ਦਾ ਅਰਥ ਹੈ ਜਿਹੜਾ ਰੂਪ ਰੇਖ ਰੰਗ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਹੈ, ਜਿਹੜਾ ਨਿਰਾਕਾਰ ਹੈ। ਕਈ ਪ੍ਰਕਾਰ ਦੇ ਪ੍ਰਕਰਨ ਗੁਰਬਾਣੀ 'ਚ ਆਉਂਦੇ ਨੇ। ਇੱਕ ਤਾਂ ਨਿਰਾਕਾਰ ਪ੍ਰਕਰਨ ਹੈ, ਇੱਕ ਸਕਾਰ ਪ੍ਰਕਰਨ ਹੈ, ਇੱਕ ਅਵਤਾਰ ਪ੍ਰਕਰਨ ਹੈ, ਫਿਰ ਅੱਗੇ ਗੁਰ ਅਵਤਾਰਾਂ ਦੇ ਰੂਪ ਦੇ ਵਿੱਚ ਆਏ। ਨਿਰਾਕਾਰ ਪ੍ਰਕਰਨ ਜਿਹਦਾ ਕੋਈ ਆਕਾਰ ਨਹੀਂ, ਜਦੋਂ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ ਕੀਤੀ ਉਦੋਂ ਨਿਰੰਕਾਰ ਹੀ ਸੀਗਾ। ਫਿਰ ਉਸਦੇ ਮਨ 'ਚ ਫੁਰਨਾ ਆਇਆ ਕਿ ਮੈਂ ਇੱਕ ਤੋਂ ਅਨੇਕ ਹੋਵਾਂ, ਕੀਤਾ ਪਸਾਓ ਏਕੋ ਕਵਾਓ। ਕਵਾਓ ਦਾ ਅਰਥ ਸ਼ਬਦ ਵੀ ਹੈ ਅਤੇ ਫੁਰਨਾ ਵੀ ਹੈ। ਫਿਰ ਉਸ ਵਾਹਿਗੁਰੂ ਨੇ ਫੁਰਨੇ ਦੁਆਰਾ ਸ਼ਬਦ ਦੁਆਰਾ ਸੰਸਾਰ ਦੀ ਰਚਨਾ ਕੀਤੀ। ਉਹ ਸ਼ਬਦ ਕਿਹੜਾ ਹੈ ਜਿਹਦੇ ਨਾਲ ਸੰਸਾਰ ਦੀ ਰਚਨਾ ਕੀਤੀ ਹੈ? ਓਂਕਾਰ ਬ੍ਰਹਮਾ ਉਤਪੱਤਰ, ਓਂਕਾਰ ਜੀ ਅਜਨ ਚਿਤ, ਓਂਕਾਰ ਸ਼ੈਲ ਯੁਗ ਭਾਇ, ਓਂਕਾਰ ਵੇਦ ਨਿਰਮੈ। ਓਂਕਾਰ ਦੁਆਰਾ ਸੰਸਾਰ ਦੀ ਰਚਨਾ ਕੀਤੀ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਹੈ ਨਿਰਾਕਾਰ ਤੋਂ ਫਿਰ ਸਕਾਰ ਰੂਪ ਹੋਏ, ਸਕਾਰ ਤੋਂ ਫਿਰ ਅਵਤਾਰਾਂ ਦੇ ਰੂਪ ਦੇ ਵਿੱਚ, ਫਿਰ ਅੱਗੇ ਗੁਰ ਅਵਤਾਰਾਂ ਦੇ ਰੂਪ ਦੇ ਵਿੱਚ ਆਏ। ਕਈ ਸਾਧ ਸੰਗਤ ਜੀ ਹਵਾ ਨਦੀ ਲੱਗ ਕੇ ਪੂਜਾ ਕਰਨ ਕਿ ਹਵਾ ਜਿਹੜੀ ਹੈ ਇਸੇ ਨੂੰ ਨਿਰਾਕਾਰ ਮੰਨ ਲਿਆ। ਜਿਹਦਾ ਆਕਾਰ ਹੁੰਦਾ ਉਹਦੇ 'ਚ ਵਿਕਾਰ ਹੁੰਦੇ ਆ, ਹਵਾ 'ਚ ਵੀ ਵਿਕਾਰ ਨੇ, ਕਿਉਂਕਿ ਗਰਮੀਆਂ ਦੇ ਸਮੇਂ ਗਰਮ ਵਗਦੀ ਹੈ, ਸਰਦੀਆਂ 'ਚ ਠੰਡੀ ਹੈ, ਵਿਕਾਰ ਸਿੱਧ ਹੁੰਦਾ ਹੈ। ਕਈ ਆਕਾਸ਼ ਨੂੰ ਲੱਗ ਕੇ ਪੂਜਣ, ਪਰ ਆਕਾਸ਼ ਦੇ ਵਿੱਚ ਵੀ ਵਿਕਾਰ ਹੈ, ਜੜ ਹੈ। ਸੋ ਇਸ ਕਰਕੇ ਕਿਤੇ ਸੂਰ ਚੰਦ ਕਹਿ ਮਾਨੇ, ਕਈ ਸੂਰਜ ਨੂੰ ਚੰਦਰਮਾ ਨੂੰ ਰੱਬ ਕਹਿ ਕੇ ਲੱਗ ਗਏ ਮੰਨਣ, ਕਈ ਅਗਨੀ ਨੂੰ ਤੇ ਕਈ ਹਵਾ ਨੂੰ ਲੱਗ ਗਏ ਮੰਨਣ। ਜਿਨਹੋ ਪ੍ਰਭ ਪਾਹਨ ਪਹਿਚਾਨਾ, ਪਾਹਨ ਨਾਮ ਪੱਥਰ ਦਾ, ਕਈ ਪੱਥਰਾਂ ਦੀ ਪੂਜਾ 'ਚ ਲੱਗ ਗਏ। ਨਾਤ ਕਿਤੇ ਜਲ ਕਰਤ ਵਿਧਾਨਾ, ਤੇ ਕਈ ਨਿਰਾਪੁਰਾ ਵੀ ਨਹਾਉਣ ਦੇ ਨਾਲ ਇਹ ਪਰਮੇਸ਼ਰ ਮਿਲਦਾ। ਨਾਤ ਕਿਤੇ ਜਲ ਕਰਤ ਵਿਧਾਨਾ, ਵਿਧਾਨ ਬਣਾ ਲਿਆ ਕਿ ਨਹਾਉਣ ਦੇ ਨਾਲ ਇਹ ਮਿਲਦਾ ਹੈ। ਨਹਾਉਣਾ ਜ਼ਰੂਰੀ ਹੈ, ਇਸ਼ਨਾਨ ਕਰਨਾ, ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਲਾ ਕੇ ਸਹਿਜ ਧਿਆਨ,
ਜਿੱਥੇ ਸਰੀਰ ਦਾ ਇਸ਼ਨਾਨ ਕਰਾਉਣਾ ਜਲ ਦੇ ਨਾਲ, ਉੱਥੇ ਨਾਮ ਰੂਪੀ ਜਲ ਦੇ ਨਾਲ ਮਨ ਦਾ ਵੀ ਇਸ਼ਨਾਨ ਕਰਾਉਣਾ। ਜੇ ਹੁਣ ਨਹਾਉਂਦਾ ਤਾਂ ਫਰੀ ਗਿਆ ਤੀਰਥਾਂ 'ਤੇ, ਨਹਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ, ਇੱਕ ਭਾਉ ਲੱਥੀ ਨਹਾਤਿਆਂ ਦੋਵੇਂ ਭਾਅ ਚੜ੍ਹੀ ਅਸ ਹੋਰ, ਮਨ ਦੇ ਵਿੱਚ ਖੋਟ ਹੈ ਸਰੀਰ ਕਰਕੇ ਤੀਰਥ ਯਾਤਰਾ 'ਤੇ ਗਏ ਨੇ ਕਿਸੇ ਦੀ ਚੋਰੀ ਕਰ ਲਈ, ਮਨ ਦੇ ਵਿੱਚ ਖੋਟ ਹੈ ਕਿਸੇ ਨੂੰ ਮੈਲੀ ਨਿਗਾਹ ਨਾਲ ਦੇਖ ਲਿਆ, ਫਿਰ ਗਿਆ ਤਾਂ ਮੈਲ ਲਾਉਣ ਸੀ, ਸਰੀਰ ਦੀ ਮੈਲ ਤਾਂ ਲੈ ਗਈ ਪਰ ਮਨ ਨੂੰ ਤਾਂ ਦੁੱਗਣੀ ਮੈਲ ਚੜ੍ਹਾ ਲਿਆ ਨਾ। ਸੋ ਜੇ ਨਿਰਾਪੁਰਾ ਨਹਾਉਣ ਦੇ ਨਾਲ ਮਿਲਦਾ ਹੋਵੇ ਵੀ ਮਨ ਦਾ ਇਸ਼ਨਾਨ ਨਾ ਕਰਾਓ, ਤਨ ਦਾ ਹੀ ਇਸ਼ਨਾਨ ਕਰਾਈ ਜਾਓ, ਫਿਰ ਤਾਂ ਡੱਡੂ ਨੂੰ ਮਿਲ ਜੇ ਜਲ ਕੇ ਮੱਜਣ, ਜੇ ਗਤ ਹੋਵੇ ਨਿਤ ਨਿਤ ਮੈਂ ਨਿਕਣਾਵੈ। ਉਹ ਡੱਡੂ ਜਿਹੜੇ ਹੈ ਇਹ ਪਾਣੀ 'ਚ ਹੀ ਰਹਿੰਦਾ। ਸਰੀਰ ਦੀ ਜਿੱਥੇ ਸਫਾਈ ਜ਼ਰੂਰੀ ਹੈ, ਉੱਥੇ ਮਨ ਦੀ ਸ਼ੁੱਧੀ ਵੀ ਜ਼ਰੂਰੀ ਹੈ। ਸਾਧ ਸੰਗਤ ਜੀ ਜਿਵੇਂ ਧੋਬੀ ਹੁੰਦਾ ਹੈ, ਘਾਟ 'ਤੇ ਜਾਂਦਾ ਹੈ, ਦਰਿਆ ਵਗਦਾ, ਘਾਟ 'ਤੇ ਜਾ ਕੇ ਇੱਕ ਪਟੜੀ ਲੈ ਲੈਂਦਾ, ਪਟੜੀ 'ਤੇ ਬਹਿ ਕੇ ਕੱਪੜਿਆਂ 'ਤੇ ਜਲ ਪਾ ਕੇ ਸਾਬਣ ਲਾ ਕੇ, ਫਿਰ ਸਾਧ ਸੰਗਤ ਜੀ ਆ ਮੁੱਕੀਆਂ ਨਾਲ ਕੁੱਟ ਕੁੱਟ ਕੇ ਥਾਪੀਆਂ ਨਾਲ ਮੈਲ ਕੱਢਦਾ ਹੈ। ਇਸੇ ਤਰ੍ਹਾਂ ਮਨ ਰੂਪੀ ਕੱਪੜਾ ਜਿਹੜਾ, ਇਹਨੂੰ ਸਤਸੰਗਤ ਰੂਪੀ ਘਾਟ 'ਤੇ ਜਾ ਕਰਕੇ, ਨਿਸ਼ਚੇ ਰੂਪੀ ਫੱਟੀ 'ਤੇ ਬੈਠ ਕਰਕੇ, ਜਿਵੇਂ ਆਪ ਜੀ ਸੁਸ਼ੋਭਿਤ ਹੋਏ ਹੋ, ਪ੍ਰੇਮ ਰੂਪੀ ਜਲ ਪਾ ਕਰਕੇ ਅਤੇ ਨਾਮ ਰੂਪੀ ਸਾਬਣ ਲਾ ਕੇ, ਜੁਗਤੀਆਂ ਰੂਪੀ ਮੁੱਕੀਆਂ ਮਾਰ ਕੇ, ਕੁੱਟ ਕੁੱਟ ਕੇ, ਫਿਰ ਇਹ ਮਨ ਰੂਪੀ ਕੱਪੜੇ ਦੇ ਵਿੱਚੋਂ ਜਨਮ ਜਨਮ ਕੀ ਇਸ ਮਨ ਕੋ ਮਰ ਲਾਗੀ, ਕਾਲਾ ਹੋਆ ਸਿਆਹੋ, ਖੰਨਲੀ ਧੋਤੀ ਉਚਲਣਾ ਹੋਵੀ ਜੇ ਸਭ ਧੋਵਣ ਪਾਹੋ। ਇਹ ਖੰਨਲੀ ਧੋਤੀ ਵਾਲੀ ਹਾਲਤ ਇਹਦੀ ਹੋਈ ਪਈ ਹੈ, ਜਿਵੇਂ ਕੋਹਲੂ ਨੂੰ ਸਾਫ਼ ਕਰਨ ਵਾਲਾ ਕੱਪੜਾ ਹੁੰਦਾ, 100 ਵਾਰੀ ਸਾਬਣ ਲਾਲੇ ਉਤਾਰ ਨਹੀਂ ਜਾਂਦੇ, ਇਸ ਤਰ੍ਹਾਂ ਇਹ ਮਨ ਦੀ ਹਾਲਤ ਹੈ। ਇਹ ਫਿਰ ਸਤਸੰਗਤ ਰੂਪੀ ਘਾਟ 'ਤੇ ਜਾ ਕੇ ਨਾ ਪ੍ਰੇਮ ਦਾ ਜਲ ਪਾ ਕੇ, ਨਾਮ ਰੂਪੀ ਸਾਬਣ ਲਾ ਕੇ, ਫਿਰ ਸਤਸੰਗਤ ਦੀ ਜੁਗਤੀਆਂ ਰੂਪੀ ਮੁੱਕੀਆਂ ਨਾਲ ਕੁੱਟ ਕੇ ਇਸ ਮਨ ਰੂਪੀ ਕੱਪੜੇ ਦੀ ਸਫਾਈ ਹੁੰਦੀ ਹੈ। ਸੋ ਸਰੀਰ ਦਾ ਇਸ਼ਨਾਨ ਜਿੱਥੇ ਜ਼ਰੂਰੀ ਹੈ, ਉੱਥੇ ਮਨ ਦਾ ਇਸ਼ਨਾਨ ਵੀ ਜ਼ਰੂਰੀ ਹੈ। ਜੇ ਇਕੱਲਾ ਹੁਣ ਸਰੀਰ ਦਾ ਇਸ਼ਨਾਨ ਕਰ ਲਿਆ, ਕਈਆਂ ਨੇ ਇਹੀ ਵਿਧਾਨ ਬਣਾ ਛੱਡਿਆ, ਨਹਾ ਕੇ ਕਿਤੇ ਜਲ ਕਰਤ ਵਿਧਾਨਾਂ, ਇਹ ਵਿਧਾਨ ਬਣਾ ਲਿਆ ਵੀ ਨਹਾ ਕੇ ਸਰੀਰ ਦੀ ਮੈਲ ਜਿੱਥੇ ਲਾਉਣੀ ਜ਼ਰੂਰੀ ਹੈ, ਉੱਥੇ ਅੰਮ੍ਰਿਤ ਜਿਹੜਾ ਨਾਮ ਰੂਪੀ ਜਲ, ਇਹਦੇ ਨਾਲ ਮਨ ਦਾ ਇਸ਼ਨਾਨ ਕਰਾਉਣਾ ਵੀ ਜ਼ਰੂਰੀ ਹੈ। ਸੋ ਕਈਆਂ ਨੇ ਨਹਾਉਣ ਨੂੰ ਹੀ ਵਿਧਾਨ ਬਣਾ ਛੱਡਿਆ ਹੈ। ਕਰਮ ਕਰਤ ਡਰਪਾਨਾ, ਕਈ ਸਾਧ ਸੰਗਤ ਜੀ ਕੇਤਕ ਕਰਮ ਕਰਤ ਡਰਪਾਨਾ, ਡਰਪਾਨੇ ਦਾ ਅਰਥ ਹੈ ਡਰਦੇ ਹਨ ਕਰਮ ਕਰਦੇ ਹੋਏ। ਧਰਮ ਰਾਜ ਕੋ ਧਰਮ ਪਛਾਨਾ, ਕਈ ਧਰਮ ਰਾਜ ਨੂੰ ਇਹ ਪਰਮੇਸ਼ਰ ਸਾਧ ਸੰਗਤ ਮੰਨੀ ਬੈਠੇ ਹੈ। ਧਰਮ ਰਾਜ ਹੈ ਜਿਹੜਾ ਅਕਾਲ ਪੁਰਖ ਦਾ ਸਾਜਿਆ ਹੋਇਆ ਹੈ। ਧਰਮ ਰਾਜ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਧਰਮ ਰਾਜ ਨੂੰ ਅਕਾਲ ਪੁਰਖ ਦਾ ਹੁਕਮ ਹੈ ਕਿ ਤੈਂ ਸੱਚਾ ਉਹ ਸੱਚ ਨਿਬੇੜਨਾ, ਤੇਰੇ ਕੋਲ ਪਾਪੀ ਤੇ ਪੁੰਨੀ ਆਉਣਗੇ ਜਿਹੜੇ ਸਿਮਰਨ ਕਰਨ ਵਾਲੇ ਨੇ ਨਾ, ਇਹਨਾਂ ਦੀ ਤਾਂ ਸੇਵਾ ਕਰਦਾ ਸਾਧ ਸੰਗ ਧਰਮ ਰਾਜ ਕਰੇ ਸੇਵਾ, ਨਾਮ ਜਪਣ ਵਾਲਿਆਂ ਦੀ ਤਾਂ ਧਰਮ ਰਾਜਾ ਵੀ ਸੇਵਾ ਕਰਦਾ, ਨਾਮ ਜਪਣ ਵਾਲੇ ਤਾਂ ਧਰਮ ਰਾਜੇ ਦੇ ਕੋਲ ਜਾਂਦੇ ਹੀ ਨਹੀਂ, ਉਹਨਾਂ ਦਾ ਕਨੈਕਸ਼ਨ ਕਿਉਂਕਿ ਗੁਰਬਾਣੀ ਨਾਲ ਹੁੰਦਾ, ਗੁਰਬਾਣੀ ਆਈ ਹੈ ਸੱਚਖੰਡ ਚੋਂ।
ਇਸ ਕਰਕੇ ਜਿਵੇਂ ਹਵਾਉਂ ਪੰਛੀ ਹੁੰਦਾ, ਹਵਾਉਂ ਪੰਛੀ ਦੇ ਖੰਭਾਂ 'ਚ ਇੱਕ ਗੁਣ ਹੁੰਦਾ ਕਿ ਜੇ ਕਿਸੇ ਵਸਤੂ ਨੂੰ ਉਹਦੇ ਖੰਭਾਂ ਨਾਲ ਆਪਾਂ ਜੋੜ ਦੇਈਏ, ਜਿੱਥੇ ਜਿਹੜੇ ਦੇਸ਼ ਵਿੱਚ ਉਹ ਰਹਿੰਦਾ, ਉਹ ਜਿਹੜੇ ਉਹਦੇ ਖੰਭ ਨੇ ਨਾ ਉਸ ਦੇਸ਼ ਵਿੱਚ ਵਸਤੂ ਨੂੰ ਲੈ ਜਾਂਦੇ ਨੇ। ਜਿਵੇਂ ਨਾਰਦ ਮੁਨੀ ਆਇਆ ਸੀ ਅਨੰਦਪੁਰ ਸਾਹਿਬ, ਗੁਰੂ ਸਾਹਿਬ ਨੂੰ ਹਵਾਉਂ ਪੰਛੀ ਦੇ ਖੰਭ ਭੇਟਾ ਕਰ ਗਿਆ ਸੀ। ਗੁਰੂ ਸਾਹਿਬ ਨੇ ਤੀਰਾਂ ਨਾਲ ਜੜਾਰ ਕਰਕੇ ਜਦੋਂ ਚਾਰ ਦਿਸ਼ਾ ਦੇ ਵਿੱਚ ਚਾਰ ਤੀਰ ਛੱਡੇ, ਮੁੜ ਕੇ ਨਹੀਂ ਸੀ ਥੱਲੇ ਆਏ, ਸੰਗਤਾਂ ਨੂੰ ਸਮਝਾਇਆ ਸੀ ਕਿ ਹਵਾਉਂ ਦੇ ਖੰਭ ਵੱਧੇ ਹੋਣ ਕਰਕੇ ਇਹ ਜਿਹੜੇ ਤੀਰ ਨੇ ਹੁਣ ਕਦੇ ਵਾਪਸ ਨਹੀਂ ਆਉਣਗੇ। ਇਸ ਕਰਕੇ ਹਵਾਉਂ ਪੰਛੀ ਦੇ ਖੰਭਾਂ ਦੀ ਨਿਆਈ, ਇਹ ਗੁਰਬਾਣੀ ਜਿੱਥੋਂ ਆਈ ਹੈ, ਸੇਵਾ ਸਿਮਰਨ ਰੂਪੀ ਦੋ ਖੰਭ ਹਨ, ਇਹ ਗੁਰਬਾਣੀ ਸੱਚਖੰਡ ਵਸੈ ਤਰਨਕਾਰ, ਸੱਚਖੰਡ ਵਿੱਚੋਂ ਆਈ ਹੈ ਅਤੇ ਸੱਚਖੰਡ ਦੇ ਵਿੱਚ ਹੀ ਲੈ ਜਾਂਦੀ ਹੈ ਜੀਵ ਨੂੰ ਜਿਹੜਾ ਗੁਰਬਾਣੀ ਨੂੰ ਪੜ੍ਹਦਾ। ਇਸ ਕਰਕੇ ਧਰਮ ਰਾਜੇ ਦੇ ਕੋਲ ਪਾਪੀ ਅਤੇ ਪੁੰਨੀ ਜਾਂਦੇ ਨੇ, ਪਾਪੀਆਂ ਨੂੰ ਉਹਨਾਂ ਦੇ ਕੀਤੇ ਕਰਮਾਂ ਦੇ ਮੁਤਾਬਕ ਵਾਹਿਗੁਰੂ ਦਾ ਹੁਕਮ ਹੈ ਤੈਂ ਸਜ਼ਾ ਦੇਣੀ ਹੈ, ਪੁੰਨੀਆਂ ਨੂੰ ਕੀਤੇ ਹੋਏ ਕਰਮਾਂ ਦੇ ਮੁਤਾਬਕ ਤੈਂ ਪੁੰਨ ਫਲ ਦੇਣਾ ਹੈ। ਪਰ ਜਮਣਾ ਮਰਨਾ ਦੋਨਾਂ ਦੀ ਵੀ ਕੱਟਿਆ ਜਾਂਦਾ। ਜਮਣਾ ਮਰਨਾ ਦਾ ਜਦੋਂ ਕੈਵਲ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਨਾ, ਕੈਵਲ ਮੋਕਸ਼ ਸੱਚਖੰਡ ਦੀ ਮੁਕਤੀ ਹੈ, ਉਦੋਂ ਜਮਣਾ ਮਰਨਾ ਕੱਟਿਆ ਜਾਂਦਾ ਜਦੋਂ ਵਾਹਿਗੁਰੂ ਨਾਲ ਲਿੰਗਤਾ ਹਾਸਲ ਹੁੰਦੀ ਹੈ, ਨਹੀਂ ਜਮਣਾ ਮਰਨਾ ਨਹੀਂ ਕੱਟਿਆ ਜਾਂਦਾ। ਜਿਵੇਂ ਟ੍ਰੇਨ ਹੁੰਦੀ ਹੈ, ਟ੍ਰੇਨ ਦੇ ਵਿੱਚ ਡੱਬੇ ਹੁੰਦੇ ਨੇ ਫਸਟ ਕਲਾਸ, ਸੈਕਿੰਡ, ਥਰਡ ਅਤੇ ਜਨਰਲ, ਸਤ ਸੰਗਤ ਜੀ। ਪਰ ਜਦੋਂ ਸਟੇਸ਼ਨ ਆਉਂਦਾ ਹੈ ਨਾ, ਉਤਰਨਾ ਸਾਰਿਆਂ ਨੂੰ ਪੈਂਦਾ, ਫਸਟ ਕਲਾਸ ਵਾਲੇ ਨੂੰ ਵੀ, ਸੈਕਿੰਡ ਵਾਲੇ ਨੂੰ ਵੀ, ਥਰਡ ਵਾਲੇ ਨੂੰ ਵੀ ਅਤੇ ਜਨਰਲ ਵਾਲੇ ਨੂੰ ਵੀ। ਇਸੇ ਤਰ੍ਹਾਂ ਇਹ ਸਮਾਂ ਹੁੰਦਾ ਹੈ ਵੀ ਤੈਂ ਇੰਨਾ ਸਮਾਂ ਪੁੰਨ ਕੀਤੇ ਆ, ਧਰਮ ਰਾਜ ਕਹਿ ਦਿੰਦਾ ਇੰਨੇ ਸਾਲ, ਇੰਨਾ ਸਮਾਂ ਤੂੰ ਸਵਰਗ ਵਿੱਚ ਰਹਿ ਲੈ, ਜਦੋਂ ਤੇਰੇ ਕੀਤੇ ਹੋਏ ਪੁੰਨ ਸਮਾਪਤ ਹੋ ਗਏ ਤੈਨੂੰ ਮਾਤ ਲੋਕ ਦੇ ਵਿੱਚ ਜਾ ਕੇ ਜਨਮ ਲੈਣਾ ਪਵੇਗਾ। ਇਸ ਕਰਕੇ ਜਿਹੜੇ ਗੁਰਮੁਖ ਹੁੰਦੇ ਆ ਉਹਨਾਂ ਨੂੰ ਸਵਰਗ ਦੀ ਇੱਛਾ ਨਹੀਂ ਕੋਈ ਅਤੇ ਨਰਕਾਂ ਦਾ ਉਹਨਾਂ ਨੂੰ ਡਰ ਨਹੀਂ ਹੁੰਦਾ, ਕਿਉਂਕਿ ਉਹ ਗੁਰੂ ਦੇ ਪ੍ਰਾਇਣ ਹੁੰਦੇ ਆ। ਇਸ ਕਰਕੇ ਸਾਧ ਸੰਗਤ ਜੀ, ਧਰਮ ਰਾਜ ਕੋ ਧਰਮ ਪਛਾਣਾ, ਕਈਆਂ ਨੇ ਧਰਮ ਰਾਜੇ ਨੂੰ ਇਹ ਰੱਬ ਮੰਨ ਲਿਆ, ਵਾਹਿਗੁਰੂ ਦੇ ਪਿਆਰੇ ਨਹੀਂ ਧਰਮ ਰਾਜ ਕੋਲੇ ਜਾਇਆ ਕਰਦੇ। ਜੇ ਕਦੇ ਉਹਦੀ ਕੁੜੀ ਵਿੱਚ ਚਲੇ ਵੀ ਜਾਣ ਤਾਂ ਉਹ ਸਤਿਕਾਰ ਕਰਦਾ, ਨਾਨਕ ਧਰਮ ਐਸੇ ਚਵੈ ਕੀ ਤੋ ਭਾਵਨ ਪੁਨੀਤ, ਜਿਵੇਂ ਰਾਜੇ ਜਨਕ ਦਾ ਸਤਿਕਾਰ ਕੀਤਾ ਸੀ। ਸੋ ਇਸ ਕਰਕੇ ਧਰਮ ਰਾਜ ਕੋ ਧਰਮ ਪਛਾਣਾ, ਧਰਮ ਰਾਜ ਜਿਹੜਾ ਵਾਹਿਗੁਰੂ ਦਾ ਸਾਜਿਆ ਹੋਇਆ ਇੱਕ ਜੱਜ ਹੈ, ਨਵੇੜਾ ਕਰਦਾ, ਉਹਦੀ ਡਿਊਟੀ ਹੈ। ਧਰਮ ਰਾਜ ਨੂੰ ਹੁਕਮ ਹੈਗਾ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ, ਦੂਜੇ ਭਾਏ ਜਿਹਨਾਂ ਨੂੰ ਦਵੈਤ ਭਾਵ ਲੱਗੇ ਹੈ ਉਹ ਤੇਰੇ ਕੋਲ ਆਉਣਗੇ ਅਤੇ ਤੂੰ ਕਰਮਾਂ ਅਨੁਸਾਰ ਨਵੇੜਾ ਕਰੀ। ਉਹਨ ਉਸ ਨੂੰ ਰੱਬ ਮੰਨ ਕੇ ਬੈਠ ਗਏ, ਕਈ ਧਰਮ ਰਾਜ ਕੋ ਧਰਮ ਪਛਾਣਾ, ਵਾਹਿਗੁਰੂ ਨੂੰ ਛੱਡ ਕੇ ਪ੍ਰਭ ਸਾਖ ਨਿਮਿਤ ਠਹਿਰਾਏ। ਜਿਹੜੇ ਸਾਖੀ ਸਤ ਸੰਗਤ ਜੀ ਪੈਦਾ ਕੀਤੇ ਸੀ, ਸਾਰ ਭਾਵ ਗਵਾਹੀ ਦੇਣ ਲਈ ਠਹਿਰ ਪੈਦਾ ਕੀਤੇ ਸਨ, ਆਏ ਪ੍ਰਭੂ ਕਹਿਵਾਏ ਤੇ ਹਿਆ ਆਏ, ਉਹ ਇੱਥੇ ਆ ਕੇ ਆਪਣੇ ਆਪ ਨੂੰ ਉਹਨਾਂ ਨੇ ਰੱਬ ਅਖਵਾਇਆ। ਉਹਨਾਂ ਨੂੰ ਸਾਰ ਸੰਗਤ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੀ ਨਾ ਜਿਹੜਾ, ਉਹ ਤਾਂ ਵਿਸਰ ਗਏ, ਆਪਣੀ ਪੂਜਾ 'ਚ ਲੱਗ ਗਏ, ਆਪਣੀ ਆਪਣੀ ਪਰਤ ਸੋਭ ਭੀ
ਆਪਣੀ ਆਪਣੀ ਸੋਭਾ ਬਣਾਉਣ ਦੇ ਵਿੱਚ ਹੀ ਲੱਗ ਗਏ ਵਾਹਿਗੁਰੂ ਪਰਮੇਸ਼ਰ ਨੂੰ ਭੁੱਲ ਕੇ। ਜਦ ਪ੍ਰਭ ਕੋ ਨਾ ਤਨੇ ਪਹਿਚਾਨਾ, ਜਦੋਂ ਪ੍ਰਭੂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੁਸ਼ਟ ਦਮਨ ਜੀ ਨੂੰ ਕਹਿ ਰਹੇ ਕਿ ਜਦੋਂ ਉਹਨਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਨਾ ਪਛਾਣਿਆ, ਤਦ ਹਰ ਇਨ ਮਨੁੱਖਰ ਠਹਿਰਾਨਾ, ਫਿਰ ਵਾਹਿਗੁਰੂ ਪਰਮੇਸ਼ਰ ਨੇ ਇਨ ਮਨੁੱਖਨ ਠਹਿਰਾਨਾ, ਇਹ ਮਨੁੱਖ ਪੈਦਾ ਕੀਤੇ। ਦੇ ਵੀ ਬਸ ਮਮਤਾ ਹੋਏ ਗਏ, ਤੇ ਆਪਾਂ ਵੀ ਮਮਤਾ ਚ ਫਸ ਗਏ, ਮਨੁੱਖ ਵੀ ਮੋਹ ਮਮਤਾ ਹਾਂ ਹੰਗਤਾ ਮੈਂ ਮਮਤਾ ਦੇ ਵਿੱਚ ਫਸ ਗਏ। ਸਤਿਗੁਰੂ ਕਹਿੰਦੇ ਮਨੁੱਖਾਂ ਨੂੰ ਪੈਦਾ ਕੀਤਾ, ਇਹ ਵੀ ਮਮਤਾ ਦੇ ਵਿੱਚ ਫਸ ਗਏ। ਪਰਮੇਸ਼ਰ ਪਾਹਨ ਠਹਿਰੇ, ਪਰਮੇਸ਼ਰ ਨੂੰ ਛੱਡ ਕੇ ਪੱਥਰਾਂ ਦੀ ਪੂਜਾ ਚ ਲੱਗ ਗਏ। ਅੱਜ ਵੀ ਸਾਧ ਸੰਗਤ ਜੀ ਕਿਰਪਾਨ ਉੱਪਰ ਵੀ ਪਾਈ ਹੁੰਦੀ ਆ, ਦੇਖੇ ਨੇ ਕਈ ਪੰਜਾਬ ਦੇ ਵਿੱਚ ਨਾਲੇ ਪੱਥਰ ਪੂਜਣ ਜਾਂਦੇ ਆ, ਨਾਲੇ ਉੱਪਰ ਦੀ ਕਿਰਪਾਨ। ਇਹਦਾ ਫਾਇਦਾ ਕੀ ਹੈ? ਕਾਲੀ ਧਰਤੀ ਨੇ ਤਾਂ ਕਿਹਾ ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨਾਇਕਣਾ ਆਨੈ, ਏਕ ਬਿਨਾ ਮਨ ਨਾਇਕਣਾ ਆਨੈ, ਇੱਕੋ ਇੱਕ ਵਾਹਿਗੁਰੂ ਤੋਂ ਬਿਨਾਂ ਤਾਂ ਕਿਸੇ ਨੂੰ ਪੂਜਣਾ ਹੀ ਨਹੀਂ। ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਖਾਲਸਾ ਅਕਾਲ ਪੁਰਖ ਦੀ ਫੌਜ ਹੈ, ਅਕਾਲ ਪੁਰਖ ਦਾ ਸਰੂਪ ਦਿੱਤਾ ਵਾ ਗੁਰੂ ਜੀ ਨੇ ਖਾਲਸੇ ਨੂੰ। ਤੇ ਉਹ ਕਾਹਦਾ ਖਾਲਸਾ? ਖਾਲਸ ਸ਼ਬਦ ਦਾ ਅਰਥ ਹੈ ਬਿਲਕੁਲ ਸ਼ੁੱਧ, ਮਿਲਾਵਟ ਤੋਂ ਰਹਿਤ। ਇਹ ਖਾਲਸੇ ਸ਼ਬਦ ਦਾ ਅਰਥ ਹੈ। ਉਹ ਜਿਹੜੇ ਮਨੁੱਖ ਪੈਦਾ ਕੀਤੇ, ਮਮਤਾ ਦੇ ਵੱਸ ਹੋ ਗਏ, ਪਰਮੇਸ਼ਰ ਪਾਹਨ ਠਹਿਰੇ, ਪੱਥਰ ਦੇ ਵਿੱਚ ਲੱਭਦੇ ਫਿਰਦੇ ਹਨ ਕਈ ਪਰਮੇਸ਼ਰ ਨੂੰ। ਹਰ ਸਿੱਧ ਸਾਧ ਠਹਿਰਾਏ, ਮਨੁੱਖਾਂ ਤੋਂ ਬਾਅਦ ਫਿਰ ਸਿੱਧ ਪੈਦਾ ਕੀਤੇ ਸਾਧ ਸੰਗਤ ਜੀ। ਸਿੱਧ ਉਹਨਾਂ ਦਾ ਕੀ ਹਾਸ਼ਰ ਹੋਇਆ, ਉਹਨਾਂ ਨੇ ਕੀ ਕੀਤਾ ਅੱਗੇ ਦੱਸਦੇ ਹਨ। ਜਿਨ ਵੀ ਪਰਮ ਪੁਰਖ ਨਹੀਂ ਪਾਏ, ਉਹਨਾਂ ਨੇ ਵੀ ਪਰਮ ਪੁਰਖ ਜਿਹੜਾ ਵਾਹਿਗੁਰੂ ਆ ਉਹਨੂੰ ਨਹੀਂ ਪਾਇਆ। ਆਪਣੀਆਂ ਸਿੱਧੀਆਂ ਦੀ ਸਿੱਧੀਆਂ ਜਿਹੜੀਆਂ ਨੇ ਨਾ ਸ਼ਕਤੀਆਂ, ਆਕਾਸ਼ ਵਿੱਚ ਉੱਡ ਜਾਣਾ, ਸਰੀਰ ਛੋਟਾ ਕਰ ਲੈਣਾ, ਬੈਠੇ ਬੈਠੇ ਅਲੋਪ ਹੋ ਜਾਣਾ, ਸਰੀਰ ਨੂੰ ਵੱਡਾ ਕਰ ਲੈਣਾ, ਇਹ ਸਿੱਧੀਆਂ ਹਨ। ਇਹ ਆ ਜਾਂਦੀਆਂ ਨੇ ਸਿਮਰਨ ਕਰਨ ਦੇ ਨਾਲ। ਸਾਧ ਸੰਗਤ ਜੀ ਪ੍ਰੇਰਨਾ ਸਿੱਧੀ ਆ ਗਈ। ਵੱਡੇ ਵੱਡੇ ਲੋਕਾਂ ਨੂੰ ਮੈਂ ਪ੍ਰੇਰ ਕੇ ਲੈ ਕੇ ਆਵਾਂਗੀ। ਜਦੋਂ ਰਾੜੇ ਵਾਲੇ ਮਹਾਤਮਾ ਸਿਮਰਨ ਕਰਦੇ ਸੀ ਉਦੋਂ ਉਹਨਾਂ ਕੋਲ ਆ ਗਈਆਂ, ਇੱਕ ਪ੍ਰੇਰਨਾ ਸਿੱਧੀ ਆਈ, ਕਹਿਣ ਲੱਗੀ ਮੈਨੂੰ ਅਕਸੈਪਟ ਕਰ ਲਓ, ਮੈਨੂੰ ਪ੍ਰਵਾਨ ਕਰ ਲਓ, ਵੱਡੇ ਵੱਡੇ ਰਾਜੇ ਤੁਹਾਡੇ ਸੇਵਕ ਬਣਾ ਦੇਵਾਂਗੀ, ਪ੍ਰੇਰ ਕੇ ਲੈ ਕੇ ਆਵਾਂਗੀ। ਤੇ ਮਹਾਂਪੁਰਖ ਕਹਿੰਦੇ ਸਾਡੀ ਮੰਜ਼ਿਲ ਤਾਂ ਵਾਹਿਗੁਰੂ ਦਾ ਮਿਲਾਪ ਹੈ। ਸੋ ਜਦੋਂ ਸਿਮਰਨ ਕਰਨ ਵਾਲਾ ਇਹਨਾਂ ਨੂੰ ਅਕਸੈਪਟ ਨਹੀਂ ਕਰਦਾ, ਸਿਮਰਨ ਕਰਦਾ ਰਹਿੰਦਾ ਇੱਕ ਰਸ ਇੱਕ ਟੱਕ, ਵਾਹਿਗੁਰੂ ਦੇ ਵਿੱਚ ਲੀਨਤਾ ਹਾਸਲ ਕਰ ਲੈਂਦਾ, ਫਿਰ ਇਹ ਪਿੱਛੇ ਲੱਗ ਤੁਰਦੀਆਂ ਨੇ। ਜੇ ਇਹਨਾਂ ਦੇ ਚੱਕਰ 'ਚ ਫਸ ਗਿਆ, ਜਿਹੜਾ ਇਹਨਾਂ ਦੇ ਚੱਕਰ 'ਚ ਫਸ ਗਿਆ ਸਾਧ ਸੰਗਤ ਜੀ, ਉਹ ਉਲਝ ਕੇ ਰਹਿ ਜਾਂਦਾ ਜਿਹੜਾ ਰਿੱਧੀਆਂ ਸਿੱਧੀਆਂ ਦੇ ਚੱਕਰ 'ਚ ਫਸ ਗਿਆ, ਕਿਉਂਕਿ ਇਹਨਾਂ ਦਾ ਮੋਹ ਬੜਾ ਜ਼ਬਰਦਸਤ ਹੈ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨ ਆਏ, ਫਿਰ ਨਾਮ ਨਹੀਂ ਅੰਦਰ ਵੱਸਦਾ, ਫਿਰ ਰਿੱਧੀਆਂ ਸਿੱਧੀਆਂ ਉਲਝਾ ਲੈਂਦੀਆਂ ਨੇ। ਜਿਵੇਂ ਹਰ ਚੀਜ਼ ਦੀ ਇੱਥੇ ਖਿੱਚ ਹੈ, ਹਰ ਚੀਜ਼ ਇੱਕ ਦੂਜੀ ਨੂੰ ਆਪਣੇ ਵੱਲ ਖਿੱਚਦੀ ਹੈ। ਉੱਪਰ ਪਾਣੀ ਛੱਡੋ, ਕਿਸੇ ਵਸਤੂ ਨੂੰ ਸੁੱਟੋ, ਡਿਊ ਟੂ ਦਾ ਗ੍ਰੈਵਿਟੀ ਆਫ ਅਰਥ, ਧਰਤੀ ਦੀ ਖਿੱਚ ਦੇ ਕਾਰਨ ਉਹ ਵਸਤੂ, ਪਾਣੀ ਨੂੰ ਛੱਡੋ, ਕਿਸੇ ਵਸਤੂ ਨੂੰ ਸੁੱਟੋ, ਥੱਲੇ ਵੱਲ ਆਉਂਦੀ ਹੈ ਨਾ। ਇਸੇ ਤਰ੍ਹਾਂ ਮਾਇਆ ਖਿੱਚਦੀ ਹੈ,
ਜਦੋਂ ਕੋਈ ਸਿਮਰਨ ਕਰਦਾ, ਕਿਉਂਕਿ 6 ਪ੍ਰਕਾਰ ਦੇ ਚੱਕਰ ਨੇ, ਉਹਨਾਂ ਨੂੰ ਬਿੰਨ ਕੇ ਫਿਰ 10ਵੇਂ ਦੁਆਰ 'ਚ ਜਾਂਦਾ ਸਿਮਰਨ ਕਰਨ ਵਾਲਾ। ਸੋ ਜਿਉਂ ਜਿਉਂ ਚੱਕਰਾਂ ਨੂੰ ਬਿੜਦਾ ਜਾਂਦਾ, ਸੁੱਤ ਉੱਪਰ ਨੂੰ ਜਾਂਦੀ ਆ, ਮਾਇਆ ਨੇ ਆਪਣਾ ਕੰਮ ਕਰਨਾ। ਸੋ ਇਸ ਕਰਕੇ ਮਾਇਆ ਬੜੀ ਤਕੜੀ ਹੈ, ਪਰਮੇਸ਼ਰ ਦੀ ਬੜੀ ਪ੍ਰਬਲ ਹੈ, ਇਹ ਗੇਰਦੀ ਹੈ। ਬਿਰਲੇ ਆ ਜਿਹੜੇ ਫਿਰ ਸਰ ਸਕਤ ਜੀ ਜੜ ਚੇਤਨ ਦੇ ਗਿਆਨ ਰੂਪ 3 ਪ੍ਰਕਾਰ ਦੀ ਮਾਇਆ ਤੋਂ ਉੱਪਰ ਉੱਠ ਕੇ ਉਸ ਪਰਮ ਤੱਤ ਵਿੱਚ ਲੀਨ ਹੁੰਦੇ ਹੈ। ਇਹ ਜਿਹੜੇ ਸਿੱਧ ਸੀ ਨਾ, ਇਹ ਸਿੱਧ ਆਪਣੀਆਂ ਸ਼ਕਤੀਆਂ ਦੇ ਮਾਣ ਦੇ ਵਿੱਚ ਤੁਰੇ ਫਿਰਦੇ ਸੀ। ਗੁਰੂ ਸਾਹਿਬ ਨੇ ਇਹਨਾਂ ਦੀਆਂ ਸ਼ਕਤੀਆਂ ਦਾ ਫਿਰ ਇਹਨਾਂ ਦਾ ਮਾਣ ਤੋੜਿਆ ਅਚਲ ਬਟਾਲੇ ਜਾਂ ਹੋਰ ਕਈ ਜਗ੍ਹਾ। ਜਦੋਂ ਜਦੋਂ ਵੀ ਇਹਨਾਂ ਦਾ ਵਿਚਾਰ ਹੋਈ, ਮਹਾਰਾਜ ਨੇ ਇਹਨਾਂ ਦਾ ਮਾਣ ਤੋੜਿਆ। ਸਤਿਗੁਰੂ ਕਹਿੰਦੇ ਤਬ ਹਰ ਸਿੱਧ ਸਾਧ ਠਹਿਰਾਏ, ਸਿੱਧ ਸਾਧ ਪੈਦਾ ਕੀਤੇ, ਤਿੰਨ ਵੀ ਪਰਮ ਪੁਰਖ ਨਹੀਂ ਪਾਏ। ਉਹਨਾਂ ਨੇ ਵੀ ਪਰਮ ਪੁਰਖ ਨੂੰ ਨਹੀਂ ਜਾਣਿਆ, ਆਪਣੀਆਂ ਸ਼ਕਤੀਆਂ ਦਿਖਾਉਣ ਦੇ ਵਿੱਚ ਹੀ ਲੱਗੇ ਰਹੇ। ਜੇ ਕੋਈ ਹੋਤ ਭਇਓ ਜਗ ਸਿਆਣਾ, ਜਿਹੜੇ ਜਿਹੜੇ ਵੀ ਜਗ ਦੇ ਵਿੱਚ ਸਿਆਣੇ ਪੈਦਾ ਕੀਤੇ, ਉਹਨਾਂ ਨੇ ਕੀ ਕੀਤਾ ਅੱਗੇ ਦੱਸਦੇ ਹਨ। ਤਿੰਨ ਤਿੰਨ ਆਪਣੋ ਪੰਥ ਚਲਾਨਾ, ਉਹ ਸਾਰਿਆਂ ਨੇ ਆਪੋ ਆਪਣਾ ਪੰਥ ਤੋਂ ਭਾਵ ਰਾਹ ਤੋੜ ਲਿਆ। ਪਹਿਲਾਂ ਸਤਿਗੁਰੂ ਮਹਾਰਾਜ ਕਹਿੰਦੇ ਦੈਤ ਪੈਦਾ ਕੀਤੇ, ਉਹ ਆਪਣੀਆਂ ਭੁਜਾਂ ਦੇ ਮਾਣ 'ਚ ਡੁੱਬ ਗਏ। ਫਿਰ ਦੇਵਤੇ ਪੈਦਾ ਕੀਤੇ, ਉਹ ਆਪਣੇ ਆਪ ਨੂੰ ਰੱਬ ਲਾ ਕੇ ਅਗਵਾਉਣ। ਫਿਰ ਸਾਖੀ ਪੈਦਾ ਕੀਤੇ, ਉਹ ਆਪਣੀ ਪੂਜਾ ਲਾ ਕੇ ਕਰਾਉਣ। ਫਿਰ ਮਨੁੱਸ਼ ਪੈਦਾ ਕੀਤੇ, ਉਹ ਮਮਤਾ ਨੇ ਘੇਰ ਲਏ। ਫਿਰ ਸਿੱਧ ਪੈਦਾ ਕੀਤੇ, ਉਹ ਰਿਧੀਆਂ ਸਿੱਧੀਆਂ ਨੇ ਉਹਨਾਂ ਨੂੰ ਘੇਰ ਲਿਆ। ਜਿਹੜੇ ਜਿਹੜੇ ਵੀ ਸਿਆਣੇ ਅਖਵਾਉਣ ਵਾਲੇ ਸੰਸਾਰ 'ਚ ਹੋਏ ਨੇ, ਤਿੰਨ ਤਿੰਨ ਆਪਣਾ ਪੰਥ ਚਲਾਉਣਾ, ਆਪੋ ਆਪਣਾ ਪੰਥ ਚਲਾ ਕੇ ਬੈਠ ਗਏ। ਪਰਮ ਦਾ ਅਰਥ ਹੁੰਦਾ ਸ੍ਰੇਸ਼ਟ, ਪੁਰਖ ਪੂ ਨਾਮ ਹੈ ਨਰਕ ਦਾ, ਰੱਖ ਮਤਲਬ ਰੱਖਣ ਵਾਲਾ, ਜਿਹੜਾ ਨਰਕਾਂ ਤੋਂ ਰੱਖਦਾ ਉਹਨੂੰ ਕਹਿੰਦੇ ਨੇ ਪੁਰਖ। ਉਹ ਕੌਣ ਹੈ? ਵਾਹਿਗੁਰੂ ਪਰਮੇਸ਼ਰ, ਪਰਮ ਪੁਰਖ, ਪਰਮ ਸ੍ਰੇਸ਼ਟ ਪੁਰਖ ਜਿਹੜਾ ਹੈ। ਕਿਹਨੂੰ ਨੇ ਪਾਇਓ? ਕਿਸੇ ਨੇ ਨਹੀਂ ਪ੍ਰਾਪਤ ਕੀਤਾ, ਇਹਨਾਂ ਦੇ ਵਿੱਚੋਂ ਸਭ ਆਪਣੀ ਪੂਜਾ 'ਚ ਲੱਗ ਗਏ। ਬੈਰ ਵਿਵਾਦ ਵਧਾ ਕੇ ਬਹਿ ਗਏ, ਹੰਕਾਰ ਵਧਾ ਕੇ ਬਹਿ ਗਏ ਸਰ ਸੰਗਤ ਜੀ ਸਾਰੇ। ਆਪੋ ਆਪਣਾ ਮੇਡ ਪਾਤ ਆਪਣ ਤੇ ਜਲੈ, ਜਿਵੇਂ ਰੁੱਖਾਂ ਦੇ ਪੱਤੇ ਨਹੀਂ ਗਲ ਜਾਂਦੇ ਸਮਾਂ ਪੈਣ ਤੇ, ਪੇੜ ਪਾਤ ਆਪਣ ਤੇ ਜਲੈ, ਆਪਣੇ ਆਪ ਜਲ ਜਾਂਦੇ ਹਨ ਰੁੱਖਾਂ ਦੇ ਪੱਤੇ। ਪ੍ਰਭ ਕੈ ਪੰਥ ਨਾ ਕੋ ਚਲੈ, ਇਉਂ ਇਹ ਆਪਸ ਦੇ ਵਿੱਚ ਹੀ ਖਤਮ ਹੋ ਗਏ, ਪ੍ਰਭੂ ਦੇ ਰਸਤੇ ਤੇ ਕੋਈ ਵੀ ਨਹੀਂ ਚੱਲਿਆ ਇਹਨਾਂ ਚੋਂ। ਜਿਨ੍ਹਾਂ ਨੇ ਤਨਕ ਦਾ ਅਰਥ ਹੈ ਥੋੜੀ ਜਿਹੀ ਵੀ ਸ਼ਕਤੀ ਪਾਈ, ਥੋੜੀ ਜਿਹੀ ਵੀ ਤਾਕਤ, ਤਿੰਨ ਤਿੰਨ ਆਪਣਾ ਰਾਹ ਚਲਾਇਓ, ਉਹਨਾਂ ਨੇ ਆਪੋ ਆਪਣਾ ਰਾਹ ਚਲਾ ਕੇ ਬੈਠ ਗਏ ਸਾਰੇ। ਆਪੋ ਆਪਣੀ ਪੂਜਾ ਲਾ ਕੇ ਕਰਾਉਣ, ਪਰਮੇਸ਼ਰ ਨਾ ਕਿਨਹੂੰ ਪਹਿਚਾਨਾ, ਪਰਮੇਸ਼ਰ ਨੂੰ ਕਿਸੇ ਨੇ ਨਹੀਂ ਪਛਾਣਿਆ। ਅਕਾਲ ਪੁਰਖ ਵਾਹਿਗੁਰੂ ਜੀ ਦੁਸ਼ਤਮਨ ਜੀ ਨੂੰ ਦੱਸ ਰਹੇ ਹਨ, ਮਨ ਉਚਾਰ ਤੇ ਸਭ ਆਪੋ ਆਪਣੀ ਮਹਿਮਾ ਕਰਾਉਣ ਦੇ ਵਿੱਚ, ਦੀਵਾਨੇ ਦਾ ਅਰਥ ਹੈ ਕਾਬਲੇ ਹੋ ਗਏ, ਸਭ ਆਪੋ ਆਪਣੀ ਬੜਾਈ ਬੜਿਆਈ ਕਰਾਉਣ ਦੇ ਵਿੱਚ ਮਸਤ ਹੋ ਗਏ। ਸੋ ਸਤ ਸੰਗਤ ਜੀ ਸਮਾਂ ਵੀ ਹੋ ਰਿਹਾ, ਤਕਰੀਬਨ 16 ਪੌੜੀਆਂ ਹੋਈਆਂ ਨੇ, ਅਗਲੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਸੰਡੇ ਤੱਕ ਇੱਥੇ ਕਥਾ ਦੀ ਸੇਵਾ ਨਿਭਾਉਣੀ ਹੈ, ਬੇਨਤੀ ਹੈ ਸੰਗਤ ਨੂੰ
ਵੱਧ ਚੜ੍ਹ ਕੇ ਆਪ ਆਓ ਤੇ ਹੋਰਨਾਂ ਨੂੰ ਸੁਨੇਹਾ ਦਿਓ ਕਿਉਂਕਿ ਤੁਹਾਡੇ ਪਿਆਰ ਦੇ ਵਿੱਚ ਬਹੁਤ ਦੂਰੋਂ ਚੱਲ ਕੇ ਆ ਰਹੇ ਹਾਂ। ਬੇਨਤੀ ਹੈ ਵੱਧ ਚੜ੍ਹ ਕੇ ਆਪ ਆਓ ਤੇ ਹੋਰਨਾਂ ਨੂੰ ਇੱਥੇ ਲੈ ਕੇ ਆਓ। ਇਹ ਦਸਮ ਦੀ ਬਾਣੀ ਦੀ ਕਥਾ ਹੈ। ਬਚਿੱਤਰ ਨਾਟਕ ਦੇ ਵਿੱਚ ਸਤਿਗੁਰੂ ਦੱਸਦੇ ਹਨ ਕਿ ਕਿਉਂ ਸਾਨੂੰ ਮਾਤ ਲੋਕ ਦੇ ਵਿੱਚ ਆਉਣਾ ਪਿਆ, ਕਿਉਂਕਿ ਵਿਸਾਖੀ ਲੰਘ ਕੇ ਗਈ ਹੈ, ਤਾਂ ਕਰਕੇ ਇਹ ਵਿਚਾਰ ਪ੍ਰਾਰੰਭ ਕੀਤੀ ਹੈ। ਆਓ ਹੁਣ ਅਖੀਰਲੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ। ਉਸ ਤੋਂ ਬਾਅਦ ਛੇ ਪੌੜੀਆਂ ਅਨੰਦ ਸਾਹਿਬ ਦਾ ਜਾਪ। ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜੀ। ਪਰਮੇਸ਼ਰ ਨਾ ਕਿਨੂੰ ਪਹਿਚਾਨਾ, ਨਾਮ ਉਚਾਰਦੇ ਭਇਓ ਦੀਵਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।